ਇਸ ਤਰ੍ਹਾਂ ਦੇ ਅੱਜ ਸਾਰੀ ਦੁਨੀਆ ਦੇ ਵਿੱਚ WTO ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿਰੋਧ 'ਚ, ਤਿੰਨ ਦਿਨਾਂ ਸੈਸ਼ਨ WTO ਦਾ ਚੱਲ ਰਿਹਾ, ਅੱਜ ਤੋਂ ਸ਼ੁਰੂ ਹੋਇਆ, ਉਹਦੇ ਵਿਰੋਧ 'ਚ ਸਾਰੀ ਦੁਨੀਆ ਦੇ ਵਿੱਚ ਕਿਸਾਨ ਜਿਹੜਾ ਟਰੈਕਟਰ ਲੈ ਕੇ ਸੜਕਾਂ 'ਤੇ ਫਿਰਿਆ। ਫਰਾਂਸ ਵਿੱਚ ਵੀ ਅੱਜ ਕਿਸਾਨ ਟਰੈਕਟਰ ਲੈ ਕੇ ਸੜਕਾਂ 'ਤੇ ਖੜ੍ਹੇ ਹੈ। ਭਾਰਤ ਵਿੱਚ ਅਸੀਂ ਵੀ SKM ਵੱਲੋਂ ਕਾਲ ਦਿੱਤੀ ਹੈ ਵੀ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ 11 ਤੋਂ 4 ਵਜੇ ਤੱਕ ਸੜਕਾਂ 'ਤੇ ਖੜ੍ਹੇ ਰਹਿਣਗੇ। ਔਰ ਸਾਡਾ ਪ੍ਰੋਟੈਸਟ ਹੈ, ਸਾਡੀਆਂ ਜਿਹੜਾ WTO ਦੀਆਂ ਪਾਬੰਦੀਆਂ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜ ਹੈ ਵੀ ਉਹ MSP ਖਤਮ ਕਰਨਾ ਚਾਹੁੰਦੇ ਨੇ। ਸਾਡਾ ਇੱਕ ਅੰਦੋਲਨ ਚੱਲ ਰਿਹਾ ਭਾਰਤ ਵਿੱਚ, ਇਹਦੇ 'ਚ ਅਸੀਂ ਮੁੱਖ ਤੌਰ 'ਤੇ ਕਹਿੰਦੇ ਹਾਂ ਵੀ MSP ਜਿਹੜੀ ਹੈ ਸਾਨੂੰ ਉਹਨੂੰ ਲਾਗੂ ਕਰਨ ਵਾਸਤੇ, ਉਹਦੀ ਗਰੰਟੀ ਦੇਣ ਵਾਸਤੇ ਕਾਨੂੰਨ ਬਣਾਓ। ਔਰ MSP ਤੈਅ ਕਰਨ ਦਾ ਫਾਰਮੂਲਾ ਜਿਹੜਾ ਸਵਾਮੀਨਾਥਨ ਕਮਿਸ਼ਨ ਨੇ C2+50%, ਉਹਨੂੰ ਲਾਗੂ ਕਰੋ। ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰੋ। ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10,000 ਰੁਪਇਆ ਮਹੀਨਾ ਪੈਨਸ਼ਨ ਦਿਓ। ਇੱਦਾਂ ਦੀਆਂ ਸਾਡੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਲੜਾਈ ਜਾਰੀ ਹੈ। ਔਰ ਉਹ ਇਸ ਮੌਕੇ ਥਾਂ ਥਾਂ ਧਰਨੇ ਮੁਜ਼ਾਹਰੇ ਅੰਦੋਲਨ ਹੋ ਰਹੇ ਨੇ। ਇੱਥੇ ਪੰਜਾਬ ਵਿੱਚ ਇੱਕ ਅੰਦੋਲਨ ਚੱਲ ਰਿਹਾ ਹੈ, ਉੱਥੇ ਏਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ, ਇੱਕ ਕਿਸਾਨ ਸ਼ਹੀਦ ਹੋ ਗਿਆ ਗੋਲੀ ਨਾਲ, 4 ਹੋਰ ਕਿਸਾਨ ਵੀ ਸ਼ਹੀਦ ਹੋਏ, 250 ਕਿਸਾਨ ਉੱਥੇ ਫੱਟੜ ਹੋਇਆ। ਅਸੀਂ ਆਪਣੇ SKM ਵੱਲੋਂ, ਮੈਂ ਕੱਲ੍ਹ ਚੰਡੀਗੜ੍ਹ ਹਾਈਕੋਰਟ ਦੇ ਵਕੀਲਾਂ ਨਾਲ ਬੈਠ ਕੇ ਕੇਸ ਤਿਆਰ ਕਰਵਾ ਕੇ ਆਏ, 1-2 ਦਿਨਾਂ ਵਿੱਚ ਹਾਈਕੋਰਟ 'ਚ ਰਿਟ ਦਾਇਰ ਹੋ ਜਾਏਗੀ, ਵੀ ਜਿਹੜੇ ਕਿਸਾਨਾਂ 'ਤੇ ਗੋਲੀਆਂ ਮਾਰੀਆਂ, ਜਿਨ੍ਹਾਂ 'ਤੇ ਟੀਅਰ ਗੈਸ ਛੱਡੀ ਹੈ, ਉਹਦੇ 5 ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀ ਦੋਨਾਂ ਅੱਖਾਂ ਦੀ ਨਿਗਾਹ ਚਲੀ ਗਈ। ਜਿਹਦੀ ਨਿਗਾਹ ਚਲੀ ਗਈ ਉਹ ਤਾਂ ਸਾਰੀ ਉਮਰ ਵਾਸਤੇ ਮਰਿਆਂ ਤੋਂ ਵੀ ਭੈੜਾ, ਅਤੇ ਉਹਨਾਂ ਦੀ ਕੋਈ ਗੱਲ ਕਿਉਂ ਨਹੀਂ ਕਰ ਰਿਹਾ, ਉਹਨਾਂ ਦਾ ਕੋਈ ਪਰਚਾ ਕਿਉਂ ਨਹੀਂ ਦਰਜ ਕਰ ਰਹੇ। ਦੂਸਰਾ, WTO ਦੀ ਜਿਹੜੀ ਬੈਠਕ ਹੋ ਰਹੀ ਹੈ, ਸਾਡਾ ਕਹਿਣਾ ਭਾਰਤ ਸਰਕਾਰ ਨੂੰ ਕਿ ਐਗਰੀਕਲਚਰ ਨੂੰ ਘੱਟੋ ਘੱਟ, ਜੇ ਤੁਸੀਂ ਬਾਕੀ ਵਪਾਰ ਰੱਖਣਾ ਜੀ ਸਦਕੇ ਰੱਖੋ, ਐਗਰੀਕਲਚਰ ਨੂੰ ਘੱਟੋ ਘੱਟ WTO ਤੋਂ ਬਾਹਰ ਕਰੋ। ਇਹਨੂੰ ਬਚਾਉਣਾ, ਏਡੀ ਵੱਡੀ ਗਿਣਤੀ ਜਿਹੜੇ ਲੋਕ ਖੇਤੀ 'ਤੇ ਆਪਣੀ ਜ਼ਿੰਦਗੀ 'ਚ ਲਾਉਂਦੇ ਨੇ, ਇਹਨਾਂ ਨੂੰ ਨਾ ਤਾਂ ਹੋਰ ਕੋਈ ਕੰਮ ਆਉਂਦਾ, ਨਾ ਇਹਨਾਂ ਕੋਲ ਕੋਈ ਸਕਿੱਲ ਹੈ, ਨਾ ਇਹਨਾਂ ਕੋਲ ਬਿਜ਼ਨਸ ਕਰਨ ਵਾਸਤੇ ਪੈਸਾ ਹੈ। ਇਹਨਾਂ ਨੂੰ ਜੇ ਤੁਸੀਂ ਇਹਨਾਂ ਕੋਲ ਜ਼ਮੀਨਾਂ ਲੈ ਲਓਗੇ, ਖੇਤੀ 'ਚੋਂ ਕੱਢ ਦਿਓਗੇ, ਇਹ ਜਾਣਗੇ ਕਿੱਥੇ, ਕਰਨਗੇ ਕੀ, ਇਹਦਾ ਕੋਈ ਹੋਰ ਕੁਛ ਕਰਨ ਜੋਗੇ ਨਹੀਂ, ਅਤੇ ਫਿਰ ਇੱਥੇ ਬਗਾਵਤ ਹੋਏਗੀ, ਹੋਰ ਕੀ ਹੋਏਗਾ। ਜੇ ਤੁਸੀਂ 80 ਕਰੋੜ ਲੋਕਾਂ ਨੂੰ ਉਹਨਾਂ ਦਾ ਧੰਦਾ ਖੋਲੋ, ਅੱਜ ਦੁਨੀਆ ਦੇ ਵੱਡੇ ਜਿਹੜੇ ਅਰਬ ਖਰਬਪਤੀ ਨੇ, ਬਿਲ ਗੇਟਸ ਦੇ ਖਿਲਾਫ਼ ਫਰਾਂਸ ਵਿੱਚ, ਰੋਮਾਨੀਆ 'ਚ, ਜਰਮਨੀ 'ਚ, ਸਾਰੇ ਯੂਰਪ ਦੇ ਵਿੱਚ ਥਾਂ ਥਾਂ ਮੁਜ਼ਾਹਰੇ ਹੋਏ ਨੇ, ਉਹ ਲੱਖ ਲੱਖ ਏਕੜ ਜ਼ਮੀਨ ਹਰ ਦੇਸ਼ ਵਿੱਚ ਖਰੀਦੀ ਤੁਰਿਆ ਜਾ ਰਿਹਾ। ਉਹ ਕਹਿੰਦਾ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਦੁਨੀਆ ਦੇ, ਉਹ ਚਾਹੁੰਦੇ ਨੇ ਵੀ ਜਿਹੜਾ ਖਾਣਾ ਇਹਦੇ 'ਤੇ ਸਾਡਾ ਕਬਜ਼ਾ ਹੋ ਜਾਏ, ਆਮ ਦੁਨੀਆ ਸਾਡੀ ਗੁਲਾਮ ਹੋ ਜਾਏਗੀ, ਖਾਣੇ 'ਤੇ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਕਾਰਪੋਰੇਟ ਹਾਊਸਿਸ ਦੀ ਅੱਖ ਹੈ, ਉਹਨਾਂ ਕੋਲ ਇੰਡਸਟਰੀ ਤਾਂ ਹੈ ਹੀ, ਉਹਨਾਂ ਨੇ ਕਿਹਾ ਇੰਡਸਟਰੀ ਤੋਂ ਬਿਨਾਂ ਸਭ ਤੋਂ ਬਿਨਾਂ ਮਨੁੱਖ ਖਾਣੇ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਇਸ ਕਰਕੇ ਖਾਣੇ 'ਤੇ ਕਬਜ਼ਾ ਕਰੋ, ਖਾਣ ਵਾਲੀਆਂ ਚੀਜ਼ਾਂ ਖੇਤ 'ਚ ਪੈਦਾ ਹੁੰਦੀਆਂ। ਉਹ ਕਹਿੰਦੇ ਇਹਨਾਂ ਤੋਂ ਜ਼ਮੀਨਾਂ ਲੈ ਲਓ, ਜ਼ਮੀਨਾਂ ਲੈ ਕੇ ਅਸੀਂ ਖੇਤੀ ਕਰਵਾਵਾਂਗੇ। ਔਰ ਨਾਲ ਹੀ ਇਹ ਵੀ ਸਰਕਾਰ WTO ਤੋਂ ਬਾਹਰ ਆਵੇ, ਕਿਸਾਨਾਂ ਨੂੰ ਉਹਨਾਂ ਦੀ MSP ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੇਵੇ, ਉਹਨਾਂ ਦੇ ਕਰਜ਼ੇ 'ਤੇ ਲਕੀਰ ਫੇਰੇ, ਕਿਉਂਕਿ ਤੁਸੀਂ ਹਮੇਸ਼ਾ ਘੱਟ ਭਾਅ ਦੇ ਕੇ ਕਿਸਾਨ ਦਾ ਜੋ ਮੁਨਾਫਾ ਸੀ ਉਹ ਨਿਚੋੜ ਲਿਆ, ਤੁਹਾਡੀ ਜੇਬ 'ਚ ਗਿਆ, ਕਿਸਾਨਾਂ ਦੇ ਕੋਲ ਨਹੀਂ ਆਇਆ। ਜੇ ਤੁਸੀਂ ਹਰ ਸਾਲ 3.5-3.5 ਲੱਖ ਕਰੋੜ ਰੁਪਇਆ ਕਰਜ਼ਾ ਮਾਫ਼ ਕਰਕੇ ਇੰਨੀ ਟੈਕਸ ਬੈਨੀਫਿਟ ਦੇ ਕੇ ਉਹਨਾਂ ਨੂੰ ਹਰ ਸਾਲ ਨਿਭਾ ਸਕਦੇ ਹੋ, ਤਾਂ ਤੁਸੀਂ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰਦੇ? ਕਿਸਾਨਾਂ ਮਜ਼ਦੂਰਾਂ ਦਾ ਖਰਚਾ ਵੀ ਮਾਫ਼ ਹੋਣਾ ਚਾਹੀਦਾ, ਇਹਦੇ ਲਈ ਲੜਾਈ ਹੈ। ਲੋਕਾਂ ਦਾ ਬਹੁਤ ਬਹੁਤ ਧੰਨਵਾਦ, ਜਿਸ ਤਰ੍ਹਾਂ ਸਾਰੇ ਦੇਸ਼ ਵਿੱਚ ਅੱਜ ਹੁੰਗਾਰਾ ਭਰਿਆ, ਲੋਕਾਂ ਨੇ ਸੜਕਾਂ 'ਤੇ ਕਿਸਾਨ ਨਿਕਲੇ ਨੇ,
ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਨਾਲ ਬੇਨਤੀ ਹੈ ਵੀ ਅਗਲਾ ਪ੍ਰੋਗਰਾਮ ਜਿਹੜਾ 14 ਮਾਰਚ ਨੂੰ ਰਾਮਲੀਲਾ ਮੈਦਾਨ 'ਚ ਇੱਕ ਵੱਡਾ ਇਕੱਠ ਕਰਕੇ, ਰਾਮਲੀਲਾ ਮੈਦਾਨ 'ਚ ਇੱਕ ਮਹਾਂਪੰਚਾਇਤ ਕਰਕੇ ਸਰਕਾਰ ਨੂੰ ਹੋਰ ਚੇਤਾਵਨੀ ਦੇਣੀ ਹੈ। ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਉਦੋਂ ਕੋਰਟ ਲੱਗ ਜਾਏਗਾ, ਕੋਰਟ ਲੱਗੇ ਨਾ ਲੱਗੇ ਉਹ ਇੱਕ ਅਲੱਗ ਚੀਜ਼ ਹੈ, ਪਰ ਜਿਹੜਾ ਪ੍ਰੋਟੈਸਟ ਦਾ ਸੰਵਿਧਾਨਿਕ ਹੱਕ ਹੈ ਸਾਡਾ ਉਹ ਲਗਾਤਾਰ ਜਾਰੀ ਰਹਿਣਾ ਹੈ। ਮੈਂ ਇਹਦੇ ਕਮੈਂਟ ਨਹੀਂ ਕਰਨਾ, ਉਹਨਾਂ ਨੇ ਅੰਦੋਲਨ ਕੀਤਾ ਨਾ ਉਹਨਾਂ ਦੇ ਹਿੱਤ ਚ ਨਾ ਸਾਡੇ ਹਿੱਤ ਚ।